ਜੈ ਸ਼੍ਰੀ ਰਾਮ, ਭਾਰਤ ਮਾਤਾ ਦੀ ਜੈ। ਭਰਾਵੋ, ਕੱਲ੍ਹ ਕੋਈ ਫਿਰੋਜ਼ਪੁਰ ਦੇ ਪਿੰਡ ਮੱਲਾਵਾਲਾ ਦੀ ਘਟਨਾ ਹੋਈ ਆ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਆ, ਬੜਾ ਦੁੱਖ ਆ। ਲੇਕਿਨ ਉਸ ਤੋਂ ਜ਼ਿਆਦਾ ਦੁੱਖ ਆ ਕਿ ਇੱਕ ਜਿਹੜਾ ਮੰਦਬੁੱਧੀ ਬੰਦਾ ਸੀ, ਜਿਹੜਾ ਪਰਿਵਾਰ ਕਹਿ ਰਿਹਾ, ਉਸਨੂੰ ਪੁਲਿਸ ਨੂੰ ਫੜਾਉਣ ਦੀ ਬਜਾਏ ਆਪ ਹੀ ਤਾਲਿਬਾਨੀ ਵਾਂਗੂ, ਅਫਗਾਨਿਸਤਾਨ ਵਾਂਗੂ ਦੇ ਲੋਕਾਂ ਵਾਂਗੂ ਜਿਵੇਂ ਵੜਦੇ ਆ ਉੱਥੇ, ਉਵੇਂ ਵੜਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਬੇਅਦਬੀ ਤਾਂ ਮੈਨੂੰ ਬਹੁਤ ਦੁੱਖ ਆ, ਕਿਸੇ ਵੀ ਚਾਹੇ ਹੋਰ ਧਰਮ ਦੀ ਆ, ਬੇਅਦਬੀ ਦਾ ਦੁੱਖ ਆ ਸਾਨੂੰ। ਲੇਕਿਨ ਜਿਹੜਾ ਆ ਬੰਦਾ ਖਰਬੂਜੇ ਵਾਂਗੂ ਕੱਟਦਾ ਨਾ, ਬੜਾ ਦੁੱਖ ਆ। ਤੁਸੀਂ ਪੁਲਿਸ ਨੂੰ ਫੜਾਓ, ਜਿਹੜਾ ਸਾਡਾ ਬੀ ਆਰ ਅੰਬੇਦਕਰ ਜੀ ਦਾ ਸੰਵਿਧਾਨ ਆ, ਪੁਲਿਸ ਦਾ ਕਾਨੂੰਨ ਆ, ਉਸ ਦੇ ਅਨੁਸਾਰ ਉਸਦੇ ਖਿਲਾਫ ਕਾਰਵਾਈ ਕਰਾਓ, ਉਸ ਨੂੰ ਜੇਲ੍ਹ ਵਿੱਚ ਰੱਖੋ। ਕਿਉਂਕਿ ਕਿਹਨੇ ਭੇਜਿਆ, ਕਿੱਥੋਂ ਆਇਆ, ਇਹ ਸਾਨੂੰ ਕੋਈ ਪਤਾ ਲੱਗਣਾ ਹੀ ਨਹੀਂ। ਗੱਲ ਹੀ ਕਲੋਜ਼ ਬੰਦ ਹੋ ਗਿਆ ਚੈਪਟਰ, ਵੀ ਜਿਨ੍ਹਾਂ ਲੋਕਾਂ ਨੇ ਉੱਥੇ ਮਾਰਿਆ ਵਾ, ਜਾਂ ਜਿਹੜੇ ਖੜਕੇ ਲੋਕ ਤਮਾਸ਼ਵੀ ਦੇਖਦੇ ਸੀ, ਉਹਨਾਂ 'ਤੇ ਹੱਤਿਆ ਦਾ ਵਾ ਅਤੇ ਪਰਚਾ ਹੋਣਾ ਚਾਹੀਦਾ। ਸਾਨੂੰ ਇਹ ਸਾਰੇ ਲੋਕਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ, ਕਿਸੇ ਵੀ ਧਰਮ ਦੀ ਜਿਹੜੀ ਬੇਅਦਬੀ ਹੋ ਰਹੀ ਆ, ਸਖ਼ਤ ਤੋਂ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਆ। ਨਾ ਕਿ ਬੰਦੇ ਮਾਰੋ, ਪੁਲਿਸ ਨੂੰ ਫੜਾਓ, ਕਾਨੂੰਨ ਐਸਾ ਬਣਾਓ ਜਿਹੜਾ ਕੋਈ ਬੇਅਦਬੀ ਕਰੇ ਉਹਨੂੰ ਫਾਂਸੀ ਜਾਂ ਉਮਰ ਕੈਦ ਹੋਵੇ, ਸਾਰੀ ਉਮਰ ਜੇਲ੍ਹ ਵਿੱਚ ਹੀ ਸੜੇ ਤੇ ਮਰੇ। ਇਹ ਕਾਨੂੰਨ ਹੋਣਾ ਚਾਹੀਦਾ, ਮੰਗ ਕਰਨੀ ਚਾਹੀਦੀ ਆ। ਅਸੀਂ ਜਿਉਂ ਦੇਖਦੇ ਹਾਂ ਮੂੰਹ ਚਾ ਕੇ ਬੰਦੇ ਨੂੰ ਮਾਰਨ ਲੱਗ ਜਾਂਦੇ ਹਾਂ, ਇਹ ਅਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਕਿਉਂ ਲਿਆ? ਇਹ ਬਹੁਤ ਹੀ ਗਲਤ ਗੱਲ ਆ। ਜਦ ਸਾਡਾ ਕਾਨੂੰਨ ਬਣਿਆ ਵਾ, ਕਾਨੂੰਨ ਦੇ ਅਨੁਸਾਰ ਪੁਲਿਸ ਨੂੰ 112 ਨੰਬਰ ਤੇ ਕਾਲ ਕਰੋ, ਬਈ ਇੱਥੇ ਬੇਅਦਬੀ ਨੂੰ ਬਿਠਾ ਲਓ, ਬਈ ਲੈ ਜਾਓ ਜੀ ਫੜ ਕੇ ਜੀ ਨੂੰ, ਜਾਂ ਚਪੇੜਾ ਮਾਰ ਲਓ ਵੱਧ ਤੋਂ ਵੱਧ। ਤੁਸੀਂ ਤਾਂ ਕਿਰਪਾਨਾ ਐਵੇਂ ਮਾਰਦੇ ਪਏ ਹੋ, ਐਵੇਂ ਮਾਰਦੇ ਪਏ ਹੋ, ਇਹ ਕਿਹੜੀ ਗੱਲ ਆ ਯਾਰ ਇਹ? ਕਿਉਂਕਿ ਮੈਨੂੰ ਵੀ ਪਤਾ ਇਹ 2-4-5 ਉੱਠ ਕੇ ਕਹਿੰਦੇ ਮੈਡਮ ਤੂੰ ਬਹੁਤ ਗਲਤ ਬੋਲ ਰਿਹਾ। ਮੈਂ ਗਲਤ ਨਹੀਂ ਬੋਲ ਰਿਹਾ, ਬਿਲਕੁਲ ਸਹੀ ਬੋਲ ਰਿਹਾ। ਜਿਹੜੇ ਲੋਕ ਅੰਮ੍ਰਿਤ ਛੱਕ ਕੇ ਮੀਟ ਆਂਡਾ ਖਾਂਦੇ ਉਹਨਾਂ ਦਾ ਕੀ ਆ? ਉਹ ਵੀ ਬੰਦ ਕਰਾਓ। ਦਾੜੀਆਂ ਕਾਲੀਆਂ ਕਰਦੇ ਆ ਉਹ ਵੀ ਬੰਦ ਕਰਾਓ, ਦਾੜੀਆਂ ਬੰਦ ਆ ਉਹ ਵੀ ਫਲਾਓ। ਮਰਿਆਦਾ ਬਹੁਤ ਵੱਡੀ ਲੰਬੀ ਆ। ਤੇ ਜਥੇਦਾਰ ਸਾਹਿਬ ਕਹਿ ਰਹੇ ਆ, ਸ੍ਰੀ ਅਕਾਲਤਾ ਸਾਹਿਬ, ਜਿਹਨਾਂ ਲੋਕਾਂ ਨੇ ਮਾਰਿਆ ਉਹਦੇ ਖਿਲਾਫ਼ ਕਾਰਵਾਈ ਨਾ ਹੋਵੇ। ਕਿਉਂ ਨਾ ਹੋਵੇ ਜੀ? ਜਥੇਦਾਰ ਸਾਹਿਬ ਤੁਸੀਂ ਵੀ ਇੱਥੇ ਗਲਤ ਹੋ, ਕਾਰਵਾਈ ਕਰਾਓ। ਵੱਡੇ ਤੋਂ ਵੱਡੇ ਬੰਦੇ ਦੇ ਜਿਹੜਾ ਇਹਨੇ ਮਾਰਿਆ ਜਿਹਨਾਂ ਨੇ, ਉਹਨਾਂ ਦੀ ਕਾਰਵਾਈ ਕਰਾਓ। ਔਰ ਕਾਨੂੰਨ ਚ ਜਥੇਦਾਰ ਸਾਹਿਬ ਦੀ ਮੰਗ ਕਰੋ ਬਈ ਕਾਨੂੰਨ ਦੇ ਵਿੱਚ ਸਭ ਤੋਂ ਜ਼ਿਆਦਾ ਸਖ਼ਤ ਕਾਰਵਾਈ ਹੋਵੇ। ਸਤਿ ਸ੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਯੂਟਿਊਬ 'ਤੇ।